ਸਿੰਘ ਕ੍ਰੀਏਟ ਮਿਊਜ਼ਿਕ ਚੈਨਲ 'ਤੇ ਤੁਹਾਡਾ ਸਵਾਗਤ ਹੈ ਦੋਸਤੋ। ਪਿਛਲੀ ਵੀਡੀਓ ਵਿੱਚ ਆਪ ਜੀ ਨੂੰ ਮੈਂ ਦੱਸਿਆ ਸੀਗਾ ਕਿ ਆਪਾਂ ਇੱਕ ਵੱਖਰੇ ਢੰਗ ਦਾ ਰਿਆਜ਼ ਕਿਵੇਂ ਕਰ ਸਕਦੇ ਹਾਂ। ਉਸ ਤੋਂ ਪਿਛਲੀ ਵੀਡੀਓ ਵਿੱਚ ਸੰਗੀਤ ਵਿੱਚੋਂ ਅਲੰਕਾਰ ਲੈ ਕੇ ਉਹਦੇ ਪੈਰਲਲ ਅਸੀਂ ਆਪਣੀ ਕ੍ਰੀਏਟੀਵਿਟੀ, ਆਪਣਾ ਇੱਕ ਅਲੰਕਾਰ ਕਿੱਦਾਂ ਬਣਾ ਸਕਦੇ ਹਾਂ, ਐਸੀਆਂ ਵੀਡੀਓ ਮੈਂ ਤੁਹਾਡੇ ਰੂਬਰੂ ਕਰ ਚੁੱਕਾ। ਸੋ ਅੱਜ ਦੀ ਵੀਡੀਓ ਵਿੱਚ ਕਿਸੇ ਨੇ ਮੈਨੂੰ ਵਰਬਲੀ ਪੁੱਛਿਆ ਕਿ ਅਸੀਂ ਗੀਤ ਜਿਹੜਾ, ਕਿਸੇ ਵੀ ਗੀਤ ਦੀ ਧੁਨ ਜਿਹੜੀ ਆ ਉਹ ਅਸੀਂ ਕਿਵੇਂ ਇੱਕ ਮਿੰਟ ਦੇ ਵਿੱਚ ਕੱਢ ਸਕਦੇ ਹਾਂ। ਸੋ ਦੋਸਤੋ, ਕਿਸੇ ਵੀ ਧੁਨ ਨੂੰ ਕੱਢਣ ਦਾ ਜੋ ਮੰਤਰ ਉਹ ਇਹ ਹੈ ਕਿ ਜਿਹੜੀਆਂ 12 ਸੁਰਾਂ ਨੇ, ਇੱਕ ਸਪਤਕ ਦੀਆਂ 12 ਸੁਰਾਂ ਦਾ ਰਿਆਜ਼ ਜਿਹੜਾ ਇੱਕੇ ਟਾਈਮ ਨਾਲ ਇੱਕੇ ਬੈਠਕ ਵਿੱਚ ਕਰਨ ਨਾਲ ਸਾਨੂੰ ਸਾਰੀਆਂ ਸੁਰਾਂ ਦਾ ਜਿਹੜਾ ਅਨੁਭਵ ਆ, ਸਾਰੇ ਸੁਰਾਂ ਦੀ ਆਵਾਜ਼ ਦੀ ਪਹਿਚਾਣ ਹੋ ਜਾਂਦੀ ਹੈ। ਜਦੋਂ ਸਾਨੂੰ ਸਾਰੇ ਸਪਤਕ ਦੀਆਂ ਸੁਰਾਂ ਦੀ ਆਵਾਜ਼ ਦੀ ਪਹਿਚਾਣ ਹੋ ਜਾਵੇਗੀ, ਸੋ ਉਸੇ ਢੰਗ ਨਾਲ ਫਿਰ ਅਸੀਂ ਕਿਸੇ ਵੀ ਧੁਨ ਜਿਹੜੀ ਆ ਉਹਨੂੰ ਅਸੀਂ ਕੱਢਣ ਦੇ ਯੋਗ ਹੋ ਜਾਵਾਂਗੇ। ਸੋ ਆਓ ਇੱਕ ਸਪਤਕ ਦੀਆਂ ਸਾਰੀਆਂ ਸੁਰਾਂ ਜਿਹੜੀਆਂ 12 ਸੁਰਾਂ, 4 ਕੋਮਲ ਸੁਰਾਂ, 7 ਸ਼ੁੱਧ ਸੁਰਾਂ, 1 ਤੀਵਰ ਮੱਧਮ, ਸਾਰੇ ਸੁਰਾਂ ਦਾ ਪ੍ਰਯੋਗ ਕਰਕੇ ਅਤੇ ਅਸੀਂ ਕਿਵੇਂ ਇੱਕ ਅਨੁਭਵ ਕਰ ਸਕਦੇ ਹਾਂ, ਕਿਵੇਂ ਇੱਕ ਰਿਆਜ਼ ਕਰ ਸਕਦੇ ਹਾਂ। ਸੋ ਆਓ ਮੈਂ ਤੁਹਾਨੂੰ ਹਾਰਮੋਨੀਅਮ 'ਤੇ ਲੈ ਕੇ ਜਾਂਦਾ ਅਤੇ ਇਹ ਜਿਹੜਾ ਰਿਆਜ਼ ਆ ਸਾਰੀਆਂ ਸਪਤਕ ਦੀਆਂ ਸਾਰੀਆਂ ਸੁਰਾਂ ਦਾ, ਇੱਕ ਸਪਤਕ ਦੀਆਂ ਸਾਰੀਆਂ ਸੁਰਾਂ ਉਹਦਾ ਰਿਆਜ਼ ਇੱਕ ਟਾਈਮ ਨਾਲ ਕਿਵੇਂ ਕੀਤਾ ਜਾ ਸਕਦਾ ਹੈ, ਆਓ ਆਪਾਂ ਦੇਖਦੇ ਹਾਂ। ਸੋ ਦੇਖੋ ਦੋਸਤੋ, ਅੱਜ ਦਾ ਜੋ ਰਿਆਜ਼ ਆ ਤੁਹਾਨੂੰ ਸਪਤਕ ਦੀਆਂ ਸਾਰੀਆਂ ਸੁਰਾਂ, 12 ਸੁਰਾਂ, ਇੱਕ ਸਪਤਕ ਦੀਆਂ 12 ਸੁਰਾਂ ਅਤੇ ਨਾਲ ਮੰਦਰ ਦੀਆਂ ਸੁਰਾਂ, ਜਿੱਥੋਂ ਤੱਕ ਤੁਸੀਂ ਰਿਆਜ਼ ਕਰ ਸਕਦੇ ਹੋ, ਮੰਦਰ ਸਪਤਕ ਦੇ ਸ਼ੁੱਧ ਸੁਰ ਅਤੇ ਕੋਮਲ ਸੁਰ, ਇਹਨਾਂ ਦਾ ਰਿਆਜ਼ ਇਕੱਠਾ ਕਰਾਂਗੇ। ਇਹਦੇ ਨਾਲ ਤੁਹਾਨੂੰ ਸੁਰਾਂ ਦਾ ਜੋ ਅਨੁਭਵ ਆ, ਕੋਮਲ ਸੁਰਾਂ ਅਤੇ ਸ਼ੁੱਧ ਸੁਰਾਂ, ਸਪਤਕ ਦੀਆਂ ਸਾਰੀਆਂ ਸੁਰਾਂ ਦਾ ਜਦੋਂ ਅਨੁਭਵ ਹੋ ਜਾਵੇਗਾ ਤਾਂ ਫਿਰ ਤੁਹਾਨੂੰ ਕਿਸੇ ਵੀ ਧੁਨ, ਜੋ ਕੋਈ ਵੀ ਗੀਤ ਹੋਵੇ, ਕੋਈ ਵੀ ਸ਼ਬਦ ਹੋਵੇ, ਕੋਈ ਗਜ਼ਲ ਹੋਵੇ, ਭਜਨ ਹੋਵੇ, ਅਨੁਭਵ ਦੇ ਨਾਲ ਫਿਰ ਤੁਸੀਂ ਕੋਈ ਵੀ ਜਿਹੜੀ ਧੁਨ ਆ ਬੜੇ ਆਰਾਮ ਨਾਲ ਕੱਢ ਸਕਦੇ ਹੋ। ਸੋ ਆਓ ਦੇਖੋ ਸਾਰੀਆਂ ਸੁਰਾਂ ਦਾ ਰਿਆਜ਼ ਕਰਾਂਗੇ, ਸਪਤਕ ਦੀਆਂ ਜਿੰਨੀਆਂ ਵੀ ਸੁਰਾਂ ਨੇ। ਪਹਿਲਾਂ ਦੇਖੀਏ ਕਿੰਨੀਆਂ ਸੁਰਾਂ ਨੇ, ਮੈਂ ਪਹਿਲਾਂ ਸ਼ੁੱਧ ਸੁਰਾਂ ਦੱਸਾਂਗਾ ਸਪਤਕ ਦੀ। ਆਹ ਪਹਿਲਾ ਕਾਲਾ ਸੁਰ, ਰੇ ਸ਼ੁੱਧ, ਗਾ ਸ਼ੁੱਧ, ਮਾਂ, ਪਾ, ਅਧਾ ਸ਼ੁੱਧ, ਅਨੀ ਸ਼ੁੱਧ। ਇਸ ਤੋਂ ਇਲਾਵਾ ਇਹ 7 ਸੁਰ ਸ਼ੁੱਧ ਨੇ ਅਤੇ ਰੇ ਗਾ ਧਾਨੀ ਕੋਮਲ, ਰੇ ਗਾ, ਰੇ ਕੋਮਲ, ਗਾ ਕੋਮਲ, ਅਤੇ ਤੀਵਰ ਮੱਧਮ, ਫਿਰ ਧਾ ਕੋਮਲ ਅਤੇ ਨੀ ਕੋਮਲ। 5 ਸੁਰ ਏ, 4 ਕੋਮਲ, 1 ਤੀਵਰ ਮੱਧਮ ਅਤੇ 7 ਸ਼ੁੱਧ ਸੁਰ। ਇਹਨਾਂ ਦਾ ਅਸੀਂ ਜਦੋਂ ਇਕੱਠਾ ਰਿਆਜ਼ ਕਰਾਂਗੇ ਸੋ ਸਾਨੂੰ ਸਮਝ ਪਵੇਗੀ ਕਿ ਸੁਰਾਂ ਜਿਹੜੀਆਂ ਨੇ, ਸੁਰਾਂ ਦੇ ਜਿਹੜੇ ਸਾਰੇ ਰੂਪ ਨੇ, ਸਾਰੇ ਰੂਪਾਂ ਵਿੱਚ ਅਸੀਂ ਜਦੋਂ ਵਜਾਵਾਂਗੇ ਅਤੇ ਨਾਲ ਨਾਲ ਗਾਵਾਂਗੇ ਸਾਨੂੰ ਅਨੁਭਵ ਹੋਏਗਾ ਕਿ ਸੁਰ ਕਿਹੜੀ ਲੱਗੀ ਆ। ਕੋਈ ਵੀ ਧੁਨ ਅਸੀਂ ਸੁਣਾਂਗੇ ਅਤੇ ਸਾਨੂੰ ਫਿਰ ਅਨੁਭਵ ਹੋ ਜਾਵੇਗਾ ਕਿ ਕਿਹੜੀ ਸੁਰ ਅਸੀਂ ਵਜਾਉਣੀ ਆ, ਕਿਹੜੀ ਸੁਰ ਲਾਉਣੀ ਆ, ਕੋਮਲ ਲਾਉਣੀ ਆ ਜਾਂ ਸ਼ੁੱਧ ਲਾਉਣੀ ਆ। ਸੋ ਆਓ ਆਪਾਂ ਇਹ ਅੱਜ ਰਿਆਜ਼ ਕਰਦੇ ਹਾਂ, ਇਹ ਨਵਾਂ ਅੱਜ ਆਪਾਂ ਸਿੱਖਦੇ ਹਾਂ। ਸਾ ਰੇ ਗਾ ਰੇ ਸਾ, ਹੁਣ ਅਸੀਂ ਸਾਰੇ ਗਾ ਰੇ ਸਾ ਵਜਾਇਆ ਸ਼ੁੱਧ ਸੁਰ, ਹੁਣ ਸਾਰੇ ਗਾ ਰੇ ਸਾ, ਰੇ ਅਤੇ ਗਾ ਅਸੀਂ ਕੋਮਲ ਲੈ ਲਵਾਂਗੇ, ਉਹੀ ਸੁਰ ਵਜਾਵਾਂਗੇ। ਸਾ ਰੇ ਗਾ ਰੇ ਸਾ, ਸੁਰਾਂ ਦੇ ਦੂਜੇ ਰੂਪ ਵਜਾਏ, ਹੁਣ ਅਗਲਾ ਸੁਰ ਲਾਉਂਦੇ ਹਾਂ। ਸਾ ਰੇ ਗਾ ਮਾ ਗਾ ਰੇ ਸਾ, ਹੁਣ ਕੋਮਲ ਸੁਰ ਲਵਾਂਗੇ। ਸਾ ਰੇ ਗਾ ਮਾ ਗਾ ਰੇ ਸਾ, ਸਾ ਰੇ ਗਾ ਮਾ ਪਾ ਮਾ ਗਾ ਰੇ ਸਾ, ਹੁਣ ਕੋਮਲ ਸੁਰ ਵਜਾਵਾਂਗੇ। ਸਾ ਰੇ ਗਾ ਮਾ ਪਾ ਮਾ ਗਾ ਰੇ ਸਾ, ਸਾ ਰੇ ਗਾ ਮਾ ਪਾ ਦਾ ਪਾ ਮਾ ਗਾ ਰੇ ਸਾ,
ਹੁਣ ਕੋਮਲ ਧਾ ਵੀ ਲਾਵਾਂਗੇ, ਸਾਰੇ ਸੁਰ ਕੋਮਲ ਲਾਵਾਂਗੇ। ਸਾਰੇ ਗਾ ਮਾ ਪਾ ਦਾ ਪਾ ਮਾ ਗਾ ਰੇ ਸਾ, ਸਾਰੇ ਗਾ ਮਾ ਪਾ ਦਾ ਨੀ ਦਾ ਪਾ ਮਾ ਗਾ ਰੇ ਸਾ। ਹੁਣ ਕੋਮਲ ਲਾਵਾਂਗੇ, ਨੀ ਤੱਕ ਕੋਮਲ ਸੁਰ ਲਾਵਾਂਗੇ। ਸਾਰੇ ਗਾ ਮਾ ਪਾ ਦਾ ਨੀ ਦਾ ਪਾ ਮਾ ਗਾ ਰੇ ਸਾ, ਸਾਰੇ ਗਾ ਮਾ ਪਾ ਦਾ ਨੀ ਸਾ ਨੀ ਦਾ ਪਾ ਮਾ ਗਾ ਰੇ ਸਾ, ਸਾਰੇ ਗਾ ਮਾ ਪਾ ਦਾ ਨੀ ਸਾ ਨੀ ਦਾ ਪਾ ਮਾ ਗਾ ਰੇ ਸਾ, ਸਾਰੇ ਗਾ ਮਾ ਪਾ ਦਾ ਨੀ ਸਾਰੇ ਸਾ ਨੀ ਦਾ ਪਾ ਮਾ ਗਾ ਰੇ ਸਾ, ਸਾਰੇ ਗਾ ਮਾ ਪਾ ਦਾ ਨੀ ਸਾ ਰੇ ਸਾ ਨੀ ਦਾ ਪਾ ਮਾ ਗਾ ਰੇ ਸਾ, ਸਾਰੇ ਗਾ ਮਾ ਪਾ ਦਾ ਨੀ ਸਾ ਰੇ ਸਾ ਨੀ ਦਾ ਪਾ ਮਾ ਗਾ ਰੇ ਸਾ। ਸੋ ਦੋਸਤੋ, ਤੁਸੀਂ ਦੇਖਿਆ ਕਿ ਇੱਕ ਵਾਰੀ ਅਸੀਂ ਸ਼ੁੱਧ ਸੁਰ ਲੈ ਰਹੇ ਹਾਂ, ਜਿੱਦਾਂ ਸਾਰੇ ਗਾ ਰੇ ਸਾ ਲਾਇਆ, ਫਿਰ ਉਹੀ ਰੇ ਗਾ ਰੇ ਸਾ ਜਿਹੜਾ ਸਾਰੇ ਗਾ ਰੇ ਸਾ, ਇਹ ਭੈਰਵੀ ਦੇ ਸੁਰ ਲਏ। ਸੋ ਅਸੀਂ ਚਾਰ ਸੁਰ ਸ਼ੁੱਧ ਵੀ ਲਾਏ, ਰੇ ਗਾ ਧਾ ਨੀ ਅਤੇ ਰੇ ਗਾ ਧਾ ਅਤੇ ਨੀ, ਇਹ ਕੋਮਲ ਸੁਰ ਵੀ ਅਸੀਂ ਲਏ, ਇਹਨਾਂ ਦਾ ਰਿਆਜ਼ ਕੀਤਾ। ਹੁਣ ਇੱਕ ਸੁਰ ਬਚਿਆ, ਤੀਵਰ ਮੱਧਮ। ਤੀਵਰ ਮੱਧਮ ਆਪਾਂ ਕਿੱਦਾਂ ਲਾਵਾਂਗੇ? ਆਪਾਂ ਹੋਰ ਕਿਸੇ ਰਾਗ ਵਿੱਚ ਲੈ ਕੇ ਆਪਾਂ ਤੀਵਰ ਮੱਧਮ ਜਿਹੜਾ ਵਾ ਉਹ ਲੈ ਸਕਦੇ ਹਾਂ, ਜਾਂ ਵੈਸੇ ਵੀ ਅਸੀਂ ਰਿਆਜ਼ ਦੇ ਵਿੱਚ ਹੀ ਪ੍ਰਯੋਗ ਕਰਾਂਗੇ। ਦੇਖੋ ਕਿਵੇਂ ਕਰਾਂਗੇ। ਸਾ ਰੇ ਗਾ ਰੇ ਸਾ, ਸਾ ਰੇ ਗਾ ਮਾ ਗਾ ਰੇ ਸਾ, ਸਾ ਰੇ ਗਾ ਮਾ ਪਾ ਮਾ ਗਾ ਰੇ ਸਾ, ਸਾ ਰੇ ਗਾ ਮਾ ਗਾ ਰੇ ਸਾ, ਸਾ ਰੇ ਗਾ ਮਾ ਗਾ ਰੇ ਸਾ, ਪਾ ਮਾ ਗਾ ਰੇ ਸਾ, ਪਾ ਮਾ ਗਾ ਰੇ ਸਾ। ਸੋ ਇਹ 12 ਸੁਰਾਂ ਦਾ ਅਨੁਭਵ ਹੈ, ਰਿਆਜ਼ ਆ। ਅਤੇ ਜੇ ਤੁਹਾਨੂੰ ਇਹ ਚੰਗਾ ਲੱਗਾ ਤਾਂ ਇਹਦਾ ਰਿਆਜ਼ ਕਰੋ। ਅਤੇ ਸੋ ਦੋਸਤੋ, ਤੁਸੀਂ ਦੇਖਿਆ ਕਿ ਅਸੀਂ ਸਪਤਕ ਦੇ ਸਾਰੇ ਜਿੰਨੇ ਵੀ ਸੁਰ, 12 ਦੇ 12 ਸੁਰ, ਉਹਨਾਂ ਵਿੱਚ ਰਿਆਜ਼ ਕੀਤਾ। ਤਾਰ ਸਪਤਕ ਦੇ ਸੁਰ ਵੀ ਲਏ, ਤਾਰਸਕ ਦਾ ਰੇ ਵੀ ਲਿਆ ਤਾਰ ਸਪਤਕ ਦਾ, ਅਤੇ ਤਾਰ ਸਪਤਕ ਦਾ ਰੇ ਕੋਮਲ ਵੀ ਲਿਆ ਅਤੇ ਸ਼ੁੱਧ ਵੀ ਲਿਆ। ਸੋ ਇਸੇ ਤਰ੍ਹਾਂ ਅਸੀਂ ਜਦੋਂ ਸਾਰੀਆਂ ਸਰਗਮਾਂ ਜਿਹੜੀਆਂ ਵੀ ਆ, ਸਾਰੇ ਸਪਤਕ ਦੇ ਸੁਰ 12 ਦੇ 12 ਸੁਰ ਅਤੇ ਤੀਵਰ ਮੱਧਮ ਵੀ ਨਾਲ ਲੈ ਕੇ, 4 ਕੋਮਲ ਸੁਰ, 4 ਸ਼ੁੱਧ ਸੁਰ, ਜਦੋਂ 12 ਸੁਰ ਜਿਹੜੇ ਆ ਸਪਤਕ ਦੇ ਲੈ ਕੇ ਅਸੀਂ ਰਿਆਜ਼ ਕਰਦੇ, ਸਾਨੂੰ ਸਾਰਾ ਫਿਰ ਸਰਗਮ ਦੀ ਸਮਝ ਪੈਂਦੀ ਹੈ। ਜਦੋਂ ਸਾਨੂੰ ਸਾਰੀ ਸਪਤਕ ਦੀ ਸਰਗਮ ਦੀ ਸਮਝ ਪਵੇਗੀ ਅਤੇ ਅਸੀਂ ਕੋਈ ਵੀ ਧੁਨ ਜਿਹੜੀ ਆ, ਜਦੋਂ ਸਾਨੂੰ ਅਨੁਭਵ ਹੋ ਜਾਵੇਗਾ ਸੁਰਾਂ ਦਾ, ਅਤੇ ਸਾਰੀਆਂ ਫਿਰ ਅਸੀਂ ਧੁਨਾਂ ਜਿਹੜੀਆਂ ਉਹ ਆਪ ਕੱਢ ਸਕਾਂਗੇ। ਸੋ ਇਹਦਾ ਰਿਆਜ਼ ਕਰੋ, ਜਿੰਨਾ ਵੀ ਇਹਦਾ ਰਿਆਜ਼ ਕਰੋਗੇ ਤੁਹਾਨੂੰ ਸਮਝ ਪਏਗੀ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਸੋ ਬਹੁਤ ਬਹੁਤ ਧੰਨਵਾਦ।